ਫੈਜ਼ਿਲਕਾ ਦੇ ਸਰਹੱਦੀ ਪਿੰਡ ਗੱਟੀ ਨੰਬਰ 1 ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਅੱਗ ਨਾਲ ਝੁਲਸਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਗ੍ਰੰਥੀ ਸਿੰਘ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਇਸ ਨੂੰ ਗੁਰਦੁਆਰਾ ਸਾਹਿਬ ਤੋਂ ਕੱਢਣਾ ਚਾਹੁੰਦੇ ਸਨ। ਮਾਮਲਾ ਸਰ ਇਹ ਹੈ ਵੀ ਰੋਜ਼ ਦੇ ਨੂੰ ਦੁਖੀ ਕਰਦੇ, ਬੇਅਦ ਵੀ ਆ ਕੇ ਕਰਦੇ ਸੀ, ਪਾਠ ਪੜ੍ਹਦੇ ਜਾ ਕੇ ਦਾੜਾ ਪੱਟ ਜਾਂਦੇ ਸੀ, ਉਹਨੇ ਦੁਖੀ ਹੋ ਕੇ ਕੰਮ ਕਰ ਲਿਆ ਜੀ। ਤਿੰਨ ਚਾਰ ਬੰਦਿਆਂ ਤੋਂ ਆ ਕੇ ਦੁਖੀ ਸਾਲ ਹੋ ਗਿਆ, ਰੋਜ਼ ਦਾ ਲੜਾਈ ਪਾ, ਕਹਿੰਦਾ ਵੀ ਇਹਨੂੰ ਰਹਿਣ ਨਹੀਂ ਦੇਣਾ, ਵੀ ਦੋ ਬੰਦੇ ਹੈਗੇ ਨੇ ਪਿੰਡ 'ਚ, ਇਹ ਪਿੰਡ ਨੂੰ ਮੁੱਲ ਲਈ ਫਿਰਦੇ ਨੇ, 45 ਬੰਦਿਆਂ ਦੇ ਮੇਰੇ ਕੋਲ ਸਹਿਣ ਹੈਗੇ ਨੇ, ਵੀ ਜਿਹੜੇ ਆਉਂਦੇ ਅਸੀਂ ਰੱਖਣਾ ਅਤੇ ਦੋ ਬੰਦਿਆਂ ਦੇ ਨਹੀਂ ਰਹਿਣ ਦਿੰਦੇ। ਦੱਸੋ ਇਹ ਜੀ, ਅੱਜ 8-9 ਦਿਨ ਹੋ ਗਏ ਟਸਲਬਾਜ਼ੀ ਨੂੰ ਰੋਜ਼ ਬਾਬੇ ਨੂੰ ਕੁੱਟਮਾਰ ਕਰਦੇ ਆ। ਸਵੇਰੇ ਵੀ ਗੁਰਦੁਆਰੇ ਪੜ੍ਹਦਾ ਪਿਉਂਦਾ, ਸ਼ਾਮ ਨੂੰ ਵੀ, ਰਾਤੀ ਮੁੜ ਇੱਟਾਂ ਮਾਰੀਆਂ ਜੀ, ਰਾਤ ਇਹ ਮੁੜ ਉੱਠ ਕੇ ਅਤੇ ਮੇਰੇ ਕੋਲ ਆ ਗਿਆ। ਅਸੀਂ ਰਾਤ ਦੋਵੇਂ ਬਰਾਬਰ ਆ ਕੇ ਕੱਟੀ ਗਏ, ਵੜਲੇ 6 ਵਜੇ ਦੀ ਗੱਲ ਹੈ, ਮੁੜ ਆ ਗਏ ਡਾਂਗਾਂ ਵਿੱਚ। ਕੌਣ ਸੀਗੇ ਇਹ? ਇੱਕ ਗੋਪਾਲ ਸਿੰਘ ਅਤੇ ਉਹਦਾ ਪੁੱਤਰ ਸਤਨਾਮ ਸਿੰਘ, ਇੱਕ ਖੁਸ਼ਹਾਲ ਸਿੰਘ ਅਤੇ ਇੱਕ ਬਿੰਬਲਾ ਬਾਈ। ਕੀ ਕਾਰਨ ਕੀ ਹੈ ਜੀ? ਕੀ ਕਾਰਨ? ਕੋਈ ਕੋ ਨਹੀਂ ਆਉਂਦੇ, ਅਸੀਂ ਰਹਿਣ ਨਹੀਂ ਦੇਣਾ, ਪਿੰਡ ਆਉਂਦਾ ਸੀ ਰੱਖਣਾ, ਆ ਸਾਰੀ ਪੰਚਾਇਤ ਦੇ ਉੱਤੇ ਸਹਿਣ ਹੋਏ। ਇਹ ਪੇਸ਼ੈਂਟ ਆਪਣੇ ਕੋਲ ਸਵੇਰੇ 9:15 ਦੇ ਕਰੀਬ ਆਇਆ, ਬਰਨ ਪੇਸ਼ੈਂਟ ਹੈ। ਪਿੰਡ ਵਿੱਚ ਇਹਨਾਂ ਦੇ ਉੱਤੇ ਪੈਟਰੋਲ ਸੁੱਟਿਆ ਗਿਆ ਸੀ 3-4 ਬੰਦਿਆਂ ਨੇ, ਅਤੇ ਅੱਗ ਲਗਾਈ ਗਈ ਹੈ। ਅਤੇ ਬਾਬਾ ਇੱਥੋਂ ਆਪਣਾ 60-65% ਬਰਨ ਹੈਗਾ ਇਹਨਾਂ ਉੱਤੇ। ਅਤੇ ਕੀ ਨਾਂ ਸੀਗਾ ਜੀ, ਕਿੱਥੋਂ ਦਾ ਸੀਗਾ ਜੀ? ਕੁਲਦੀਪ ਸਿੰਘ ਨਾਮ ਹੈ, ਗੱਟੀ ਨੰਬਰ 1 ਤੋਂ ਆਇਆ ਹੈ ਪੇਸ਼ੈਂਟ। ਇਸ ਟਾਈਮ ਦੇਖਿਆ ਜਾਵੇ ਅਸੀਂ ਆਪਦੇ ਵੱਲੋਂ ਤਾਂ ਫਸਟ ਏਡ ਸਾਰਾ ਕਰਤਾ ਹੈ, ਫਲੂਇਡਸ ਵਗੈਰਾ ਲਗਾ ਕੇ ਐਂਟੀਬਾਇਓਟਿਕਸ ਵਗੈਰਾ ਰਸ਼ ਕਰਤਾ ਹੈ। ਬਾਕੀ ਬਰਨ ਕੁਛ ਜ਼ਿਆਦਾ ਹੀ ਨੇ, 60-65% ਬਰਨ ਨੇ, ਅਤੇ ਆਪਾਂ ਉਹਨਾਂ ਨੂੰ ਪੇਸ਼ੈਂਟ ਨੂੰ ਪਲਾਸਟਿਕ ਸਰਜਰ ਨੂੰ ਪੀਣ ਵਾਸਤੇ ਫਰੀਦਕੋਟ ਭੇਜ ਦਾਂਗੇ ਪੇਸ਼ੈਂਟ। ਆਹੀ ਹੈ ਕਿ 3-4 ਬੰਦੇ ਨੇ ਇਹਨਾਂ ਉੱਤੇ ਪੈਟਰੋਲ ਸੁੱਟ ਕੇ ਅੱਗ ਲਗਾਈ ਹੈ, ਆਹੀ ਦੱਸਿਆ ਮੈਂ। ਪੇਸ਼ੈਂਟ ਮੋਸ਼ਨ ਹੱਕ ਦੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।